ਸੋ ਹੈ ਗਾਇਸ, ਕੀ ਹਾਲ ਚਾਲ? ਸਭ ਤੋਂ ਸਾਰੇ ਵਧੀਆ ਹੋਵੋਗੇ। ਸਨਵਾਰੇ ਹੋ ਸਕਦਾ, ਮੈਂ ਸਾਨਵਾਰੇ, ਬਾਕੀ ਕੋਈ ਨਹੀਂ, ਦੇਖ ਲਾਂਗੇ ਆਪਾਂ ਗਾਣਾ ਸੁਣ ਕੇ। ਠੀਕ ਹੈ, ਅਖਿਲ ਸਚਦੇਵਾ ਜੀ ਦਾ ਗਾਇਆ ਹੋਇਆ ਗੀਤ ਆ, ਲਿਰਿਕਸ ਵੀ ਉਹਨਾਂ ਦੇ, ਕੰਪੋਜ਼ ਵੀ ਉਹਨਾਂ ਨੇ ਕੀਤਾ ਕਾਰਤਿਕ ਦੇਵ ਨਾਲ ਮਿਲ ਕੇ, ਪ੍ਰੋਡਕਸ਼ਨ ਗੌਰਵ ਦੇਵਨ, ਕਾਰਤਿਕ ਦੇਵ, ਮਿਕਸ ਮਾਸਟਰ ਸ਼ਦਾਬ ਰਿਆਨ, ਅਤੇ ਰਾਜਨਵੀਰ ਜੀ ਦੀ ਵੀਡੀਓ ਆ, DOP ਸ਼ੰਦਾ ਬਾਈ ਆ, VFX ਵਗੈਰਾ ਵੀ ਯੂਜ਼ ਕੀਤੇ ਗਏ ਨੇ, ਅਤੇ ਜਿਹੜੀ ਮੇਨ ਲੀਡ ਹੈ ਅਭਿਸ਼ੇਕ ਕੁਮਾਰ ਐਂਡ ਮਨਾਰਾ ਚੋਪੜਾ। ਅੱਜ ਚੈੱਕ ਕਰਦੇ ਹਾਂ, ਬਿਗ ਬੋਸ ਟੀਮ ਲਈ ਆ। ਕਿਆ ਅਲਾਪ ਲਾਇਆ ਯਾਰ ਸਟਾਰਟਿੰਗ, ਇੱਕ ਨਾ ਮੈਨੂੰ ਬਹੁਤ ਸੋਹਣੀ ਲੱਗੀ ਆ ਵਾਲੀ ਚੀਜ਼, ਜਿਹੜੀ ਆ ਜਿਹੜੀ ਇੱਕ ਸਿਨੇਮੈਟੋਗ੍ਰਾਫੀ ਜਾਂ ਇਹ ਫਰੇਮ ਬਣਾਇਆ ਗਿਆ ਨਾ, ਦੇਖੋ ਉੱਪਰੋਂ ਬਣਾਇਆ ਗਿਆ, ਹਰ ਇੱਕ ਚੀਜ਼ ਨੂੰ ਵਾਈਡ ਦਿਖਾ ਕੇ ਵੱਡਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਲਾਈਕ ਕਾਇੰਡ ਆਫ ਫਿਸ਼ ਆਈ ਲੈਂਸ, ਕਾਇੰਡ ਆਫ, ਜ਼ਿਆਦਾ ਨਹੀਂ, ਵਾਈਡ ਐਂਗਲ ਕਹਿ ਸਕਦੇ, ਥੋੜ੍ਹਾ ਦੇਖੋ ਖਿੜਕੀਆਂ ਵੀ ਵਾਈਡ ਨੇ, ਇੱਦਾਂ ਕਰਕੇ ਹੈ ਨਾ, ਉਹ ਚੀਜ਼ਾਂ ਨੇ ਥੋੜ੍ਹੇ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਕੰਪਲੀਟ ਸੈੱਟ ਬੇਸਡ ਟਰੈਕ ਆ, ਸਾਂਵਰੇ ਸਾਂਵਰੇ, ਠੀਕ ਹੈ, ਮੈਂ ਕਿਹਾ ਸੀ ਨਾ ਵਿੱਚੋਂ ਪਤਾ ਲੱਗ ਜਾਂਦਾ ਹੁੰਦਾ, ਤੂੰ ਬਣ ਜਾ ਮੇਰਾ ਸਾਂਵਰੇ, ਮੈਨੂੰ ਲੱਗਦਾ ਭੱਜ ਭੁੱਜ ਕੇ ਵਿਆਹ ਕਰਾਇਆ ਇਹਨਾਂ ਨੇ ਕਿਤੇ, ਕੋਰਟ ਮੈਰਿਜ। ਲੈ ਵੀ ਗਏ ਨਾਲ ਦੇ ਨਾਲ ਹੀ, ਸ਼ਿਟ, ਕੱਲ੍ਹ ਨੂੰ ਗਾਣਾ ਆ ਜਾਣਾ 11 ਵਜੇ, ਵੇਟ ਐਂਡ ਵਾਚ ਗਾਇਜ਼, ਲੈਟਸ ਸੀ ਕੀ ਬਣਦਾ, ਅਤੇ ਕਾਫੀ ਐਨਰਜੀ ਜੀ ਆ ਗਈ ਕਦੋਂ ਦੇਖ ਕੇ ਕਿ ਕੁਛ ਦੇਖਣ ਨੂੰ ਮਿਲੇਗਾ, ਕਾਫੀ ਟਾਈਮ ਪਰ ਡਰਾਮਾ ਕਿਸੇ ਗਾਣੇ ਦੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ।